स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड दराज तहसील इहनू तपा पैंदी है ते जिला बरनाला ते जिहड़े घर चों दोस्तों वीडियो बना रहे हैं इस घर दे विच तीन पशु तुसी स्क्रीन उत्ते देखोगे। मेन वीडियो इस झोटे की है क्योंकि इहदा सीमेंट स्ट्रा जिहड़े आ उह तैयार आ, पर जो वीडियो बनावांगे उहदे च तुहानूं एक मझ दिखाऊंगा। दोस्तों जे तुसी हरियाणे दीआं मझां जिवें लाडो वर्गीआं मझां दी गल करदे हो देखदे हो सुणदे हो तो उवें एक मझ जिहड़ी पंजाब दे विचों चर्चा च आई सी जिहदा नाम बीबो बाई जी होरां ने रख्या सीगा उह इस वीर कोल है। ਇਹ ਵੀ ਉਹਨਾਂ ਚੈਂਪੀਅਨ ਮੱਝਾਂ ਚੋਂ ਆਉਂਦੀ ਹੈ ਜਿਹੜੀ ਹਰੇਕ ਸੂਏ ਚੰਗਾ ਦੁੱਧ ਦਿੰਦੀ ਹੈ। ਜਾਂ ਤਾਂ ਲਾਈਵ ਤੁਸੀਂ ਦੇਖਦੇ ਹੋ ਅਤੇ ਜਾਂ ਫਿਰ ਇਸ ਮੱਝ ਨੂੰ ਤੁਸੀਂ ਦੇਖਦੇ ਹੋ ਮੇਲਿਆਂ ਦੇ ਵਿੱਚ। ਸੋ ਚੈਂਪੀਅਨ ਮੱਝ ਇਸ ਕਰਕੇ ਕਿਉਂਕਿ ਕੁਛ ਮੇਲੇ ਇਹਨੇ ਜਿਹੜੇ ਉਹ ਚੰਗਾ ਦੁੱਧ ਦੇ ਕੇ ਜਿੱਤੇ ਵੇ ਆ, ਦੂਜੀਆਂ ਮੱਝਾਂ ਨੂੰ ਇਹਨੇ ਪਿੱਛੇ ਛੱਡਿਆ। ਭਾਵੇਂ ਉਹ ਨੈਸ਼ਨਲ ਲਾਈਵ ਸਟੋਕ ਚੈਂਪੀਅਨਸ਼ਿਪ ਸ੍ਰੀ ਮੁਕਤਸਰ ਸਾਹਿਬ ਵਾਲੀ ਹੋਵੇ ਅਤੇ ਜਾਂ ਫਿਰ PDFA ਦਾ ਮੇਲਾ ਜਿਹੜਾ ਜਗਰਾਵਾਂ ਦੇ ਵਿੱਚ ਲੱਗਦਾ ਜਿੱਥੇ ਹਰਿਆਣਾ ਅਤੇ ਪੰਜਾਬ ਜਾਂ ਇਹ ਕਹਿ ਲਓ ਪੂਰੇ ਇੰਡੀਆ ਦਾ ਕੰਪੀਟੀਸ਼ਨ ਦੁੱਧ ਚਵਾਈ ਦਾ ਹੁੰਦਾ। ਸੋ ਉਹਨਾਂ ਮੇਲਿਆਂ ਦੇ ਵਿੱਚ ਇਹ ਮੱਝ ਜਦੋਂ ਜਾਂਦੀ ਹੈ ਤਾਂ ਉਦੋਂ ਜਿੱਤਦੀ ਹੈ। ਸੋ ਗੱਲਾਂ ਬਾਤਾਂ ਕਰਾਂਗੇ ਦੋਸਤੋ ਆਪਾਂ ਇਸ ਮੱਝ ਸੰਬੰਧੀ, ਵੀ ਤੁਹਾਨੂੰ ਝੋਟਾ ਵੀ ਦਿਖਾਉਣਾ। ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹਨੂੰ ਇਹ ਬੁੱਲ ਪਸੰਦ ਆ ਜਾਊਗਾ ਸੀਮਨ ਸਟਰਾ ਉਹਨੇ ਵਰਤਣੇ ਆ, ਉਹਨੇ ਭਰਾਉਣੇ ਆ। ਡਿਟੇਲ ਆਪਾਂ ਸਾਰੀ ਇਸ ਝੋਟੇ ਬਾਰੇ, ਨਾਲ ਹੀ ਇੱਕ ਬੱਚਾ ਇਸੇ ਮੱਝ ਦਾ ਜਿਹੜਾ ਉਹ ਖੜਾ, ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ। ਸੋ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਤੇ ਇਸ ਮੱਝ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਨਾਮ ਦੱਸੀ ਵੀਰੇ ਆਪਦਾ? ਮੇਰਾ ਨਾਮ ਬਲਜਿੰਦਰ ਸਿੰਘ ਹੈ ਵੀਰੇ। ਠੀਕ ਹੈ। ਪਿੰਡ ਦਰਾਜ ਜ਼ਿਲ੍ਹਾ ਬਰਨਾਲਾ। ਅੱਛਾ ਬਲਜਿੰਦਰ ਬਾਈ, ਆਪਾਂ ਬਾਈ ਪ੍ਰੋਫੈਸ਼ਨ ਕੀ ਕੰਮ ਕਰਦੇ ਹਾਂ? ਮੇਰਾ ਕੰਮ ਡਾਕਟਰੀ ਦਾ ਵੀਰੇ। ਵੈਟਨਰੀ ਪ੍ਰੈਕਟਿਸ? ਹਾਂਜੀ ਹਾਂਜੀ। ਕਿਹੜੇ ਸਨ ਤੋਂ ਸ਼ੁਰੂ ਕੀਤੀ ਸੀ? ਮੈਂ 2000 ਚ ਸਟਾਰਟ ਹੋਇਆ ਸੀ ਵੀਰੇ। 2000 ਸਨ ਦੇ ਵਿੱਚ? ਹਾਂ 2000। 22 ਸਾਲ ਦਾ ਐਕਸਪੀਰੀਅੰਸ? ਅੱਛਾ। ਤੇ 2004 ਦੇ ਵਿੱਚ ਮੈਂ ਆਪ ਖੁਦ ਕੰਮ ਕਰਨ ਲੱਗੇ। ਠੀਕ ਹੈ। 18 ਸਾਲ ਦਾ ਐਕਸਪੀਰੀਅੰਸ ਹੋ ਗਿਆ ਖੁਦ ਦੀ ਪ੍ਰੈਕਟਿਸ ਦਾ? ਹਾਂਜੀ ਹਾਂਜੀ ਵੀਰੇ। ਠੀਕ ਹੈ। ਅੱਛਾ ਬਲਜਿੰਦਰ ਬਾਈ, ਇੱਕ ਇਹ ਮੱਝ ਤੇਰੇ ਕੋਲ ਬੜਾ, ਇਹਦਾ ਨਾਮ ਸੁਣਿਆ ਸੀ ਪਹਿਲੀ ਵਾਰ ਮੈਂ ਆਪਦੇ ਚੈਨਲ ਤੇ ਇਹਨੂੰ ਕਵਰ ਕਰ ਰਿਹਾ, ਇਹਦਾ ਨਾਮ ਕੀ ਹੈ ਤੇ ਕਿੱਥੋਂ ਖਰੀਦੀ ਸੀ? ਇਹਦਾ ਨਾਮ ਬੀਬੋ ਆ ਵੀਰੇ। ਠੀਕ ਹੈ। ਇਹ ਬਲਿੰਗ ਡੈਰੀ ਫਾਰਮ ਤੋਂ ਖਰੀਦੀ ਆ, ਉੱਚੀ ਰੁੜਕੀ ਵਾਲੇ ਤੋਂ, ਉੱਚੀ ਰਵਿੰਦਰ ਸਿੰਘ ਤੋਂ ਜੀ। ਠੀਕ ਹੈ, ਉਹਨਾਂ ਤੋਂ ਖਰੀਦੀ ਸੀ? ਹਾਂਜੀ ਹਾਂਜੀ। ਕਿਹੜੇ ਸਨ ਚ ਆ ਗਈ ਸੀ ਤੇਰੇ ਕੋਲ? ਇਹ ਆਪਾਂ 19 ਚ ਖਰੀਦੀ ਹੈ ਵੀਰੇ, 2019 ਦੇ ਵਿੱਚ। ਹਾਂਜੀ। ਅੱਛਾ, ਇਹਦੀ ਆਪਾਂ ਜੇ ਦੁੱਧ ਦੀ ਗੱਲ ਕਰੀਏ, ਰਿਕਾਰਡ ਇਹਦਾ ਦੁੱਧ ਦਾ ਜਿਹੜਾ ਮੇਲਿਆਂ ਵਾਲਾ ਰਿਕਾਰਡ, ਇਹਦਾ ਮੇਲੇ ਦਾ ਰਿਕਾਰਡ ਹੈਗਾ ਜੀ, ਜਿਹੜਾ ਮੁਕਤਸਰ ਦਾ ਰਿਕਾਰਡ ਹੈ ਉਹ ਹੈਗਾ ਫਸਟ ਦਾ, ਇਹ ਹੈਗਾ ਜੀ 24 ਕਿਲੋ 66 ਗ੍ਰਾਮ। 24 ਕਿਲੋ 66 ਗ੍ਰਾਮ ਮੁਕਤਸਰ ਮੇਲੇ ਦੇ ਵਿੱਚ। ਠੀਕ ਹੈ। ਤੇ PDFA ਦਾ ਹੈਗਾ 22 ਕਿਲੋ 266 ਗ੍ਰਾਮ। ਠੀਕ ਹੈ। PDFA ਦਾ 2014 ਦਾ। 13 ਦੇ ਵਿੱਚ ਸੀ ਮੁਕਤਸਰ ਜਿਹੜਾ ਮੇਲਾ ਨੇ ਜਿੱਤਿਆ? 13 ਚ ਮੁਕਤਸਰ ਜਿੱਤਿਆ ਤੇ 14 ਚ PDFA। ਠੀਕ ਹੈ। ਅੱਛਾ, ਇਹ ਦੋਨਾਂ ਮੇਲਿਆਂ ਦੇ ਵਿੱਚ ਫਿਰ ਫਸਟ ਰਹੀ ਸੀਗੀ? ਹਾਂਜੀ ਫਸਟ ਰਹੀ ਹੈ ਜੀ, ਆਪਣੇ ਕੋਲ ਇਹਦਾ ਸਰਟੀਫਿਕੇਟ ਪਈ ਹੈ। ਠੀਕ ਹੈ। ਅੱਛਾ, ਉਸ ਤੋਂ ਬਾਅਦ ਚ ਇਹਦਾ ਜਿਹੜਾ ਦੁੱਧ ਹੋਰ ਕਿੰਨੇ ਕਿੱਥੇ ਕਿੱਥੇ ਆਪਾਂ ਚਵਾਇਆ? ਉਸ ਤੋਂ ਬਾਅਦ ਇਹਦੀ ਚਵਾਈ ਹੋਈ ਹੈ ਜੀ, ਫਿਰ ਘਰੇ ਕਰੀਏ ਚਵਾਈ, ਉਹਨਾਂ ਨੇ ਸਰਕਾਰੀ ਚਵਾਈ ਹੋਈ ਹੈ। ਹੂੰ। ਮੰਨ ਲਓ ਚੈਨਲ ਤੇ ਹੋਈ ਹੈ ਜੀ। ਠੀਕ ਹੈ। ਤੇ ਉਹ ਹੋਈ ਹੈ ਜੀ, ਇਹਦੀ 28 ਕਿਲੋ 640 ਗ੍ਰਾਮ ਰਿਕਾਰਡ ਹੋਇਆ ਜੀ ਇਹਦਾ। 28 ਕਿਲੋ 640 ਗ੍ਰਾਮ ਲਾਈਵ ਦੇ ਵਿੱਚ ਲਾਈਵ ਰਿਕਾਰਡ ਹੋਇਆ ਜੀ, ਇਹ ਸਰਟੀਫਿਕੇਟ ਆਪਣੇ ਕੋਲ। ਕਿਹੜੇ ਕਿਹੜੇ ਚੈਨਲ ਤੇ ਲਾਈਵ ਕੀਤੀ ਸੀ ਤੂੰ? ਉਹ ਚੈਨਲ ਹਰਿਆਣੇ ਦਾ ਚੈਨਲ ਆ ਜੀ, ਹਰਿਆਣੇ ਦਾ ਚੈਨਲ ਜਿਹੜਾ ਮੇਰੀ ਸ਼ੇਅਰ ਕਰੀ ਹੈ ਮੇਰੇ, ਮੰਨ ਲਓ ਫੇਸਬੁੱਕ ਤੇ ਪਈ ਆ, ਬਲਜਿੰਦਰ ਦਰਾਜ ਭਰ ਕੇ ਤੁਸੀਂ ਇਹਦਾ ਤੁਸੀਂ ਲਾਈਵ ਚਵਾਈ ਦੇਖ ਸਕਦੇ ਹੋ। ਠੀਕ ਹੈ। ਯਾਨੀ ਉਹਦੇ ਤੇ ਸ਼ੇਅਰ ਕੀਤੀ ਵੀ ਹੈ? ਹਾਂਜੀ ਹਾਂਜੀ। 28 ਕਿਲੋ 640 ਗ੍ਰਾਮ ਪੀਕ ਲੈਵਲ ਰਿਹਾ ਇਹਦਾ? ਹਾਂਜੀ ਹਾਂਜੀ। ਅੱਛਾ, ਐਤਕੀ ਹੁਣੇ ਕਿੰਨਵਾਂ ਸੂਆ ਸੁਣਦੀ ਹੈ? ਇਹ 9ਵਾਂ ਸੂਆ ਹੋਊਗਾ। 9ਵਾਂ ਸੂਆ? ਹਾਂਜੀ ਹਾਂਜੀ। ਹੁਣ ਕਿੰਨਾ ਚਿਰ ਬਾਕੀ ਹੈ? 3 ਬੱਚੇ ਤਾਂ ਮੇਰੇ ਕੋਲੇ ਆ ਗਏ, ਚੌਥਾ ਹੁਣ ਮੰਨ ਲਓ ਇਹ ਚੌਥੀ ਵਾਰ ਇਹ ਗੱਭਣ ਆ ਹੁਣ। ਚੌਥੀ ਵਾਰ ਤੁਹਾਡੇ ਕੋਲ ਆ ਕੇ ਗੱਭਣ ਹੈ? ਗੱਭਣ ਹੈ। ਠੀਕ ਹੈ। ਅੱਛਾ, ਹੁਣ ਇਹਦਾ ਕਿੰਨਾ ਟਾਈਮ ਬਾਕੀ ਹੈ? ਇਹਦਾ 1 ਮਹੀਨਾ ਰਹਿ ਗਿਆ ਵੀਰੇ, ਅੱਜ 28 ਤੋਂ ਅੱਜ ਮੰਨ ਲਓ 28 ਤਰੀਕ ਹੋ ਗਈ, ਅੱਜ ਤੋਂ ਇਹਨੂੰ 10ਵਾਂ ਮਹੀਨਾ ਸਟਾਰਟ ਹੋ ਗਿਆ ਜੀ। ਠੀਕ ਹੈ। ਅੱਛਾ, ਫਿਰ ਇਹ 9ਵਾਂ ਸੂਆ ਹੈ, ਇਹਦਾ ਮਤਲਬ ਇਹਨੇ ਹੁਣ ਤੱਕ 8 ਬੱਚੇ ਇਹ ਤੋਂ ਪਹਿਲਾਂ ਦੇਤੇ ਹੈ? ਹਾਂਜੀ ਹਾਂਜੀ। ਉਹਨਾਂ ਦੇ ਵਿੱਚੋਂ 2 ਝੋਟੇ ਤਾਂ ਆਪਣੇ ਕੋਲ ਖੜੇ ਦੇਖਦੇ ਆਪਾਂ। ਤੇ ਜਿਹੜਾ 1 ਸੂਰਜ ਸੀ ਆਪਣੇ ਘਰੋਂ ਮੰਨ ਲਓ ਤਿਆਰ ਕਰਕੇ ਤੋਰਿਆ ਜੀ ਬਠਿੰਡੇ, ਆਪਣੇ ਯਾਰ ਮਿੱਤਰ ਕੋਲੇ। ਅੱਛਾ, ਉਹ ਬਠਿੰਡੇ ਚਲਾ ਗਿਆ? ਉਹ ਆਪਾਂ 5 ਲੱਖ ਰੁਪਏ ਦਾ ਸੇਲ ਕਰਿਆ ਜੀ। ਠੀਕ ਹੈ। ਅੱਛਾ, ਹੋਰ ਇਹਦੀਆਂ ਝੋਟੀਆਂ ਜਿਹੜੀਆਂ ਕੋਈ ਇਹਨੇ ਦਿੱਤੀਆਂ? ਇਹਦੀ 1 ਝੋਟੀ ਆ ਜੀ ਦਵਿੰਦਰ ਸਿੰਘ ਕੋਲੇ ਆ ਜੀ, ਆਦਮਪੁਰੇ ਵਾਲੇ ਬਾਈ, ਆਦਮਪੁਰੇ ਪਿੰਦੀ ਦਾ ਰਿਸ਼ਤੇਦਾਰ ਆ ਜੋ। ਠੀਕ ਹੈ। ਤੇ ਉਹਦੀ ਚਵਾਈ ਹੋਈ ਹੈ 3 ਥਣਾਂ ਚੋਂ 20 ਕਿਲੋ 250 ਗ੍ਰਾਮ। 20 ਕਿਲੋ 250 ਗ੍ਰਾਮ 3 ਥਣਾਂ ਦੇ ਵਿੱਚੋਂ? 3 ਥਣਾਂ ਚੋਂ ਚਵਾਈ ਹੋਈ। ਉਹ ਮੇਰੇ ਖਿਆਲ ਚ ਪਿੰਦੀ ਸਿੱਧੂ ਵਾਲੇ ਪੇਜ ਤੇ ਲਾਈਵ ਹੋਈ। ਹਾਂਜੀ ਹਾਂਜੀ, ਉਹਦੀ ਚਵਾਈ ਹੋਈ ਵੀ ਉਹ ਆਪਣੇ ਵਾਲੇ ਲੋ ਫੇਸਬੁੱਕ ਤੇ ਬਲਜਿੰਦਰ ਦਰਾਜ ਤੇ ਤੁਸੀਂ ਉਹਤੇ ਵੀ ਤੁਸੀਂ ਦੇਖ ਸਕਦੇ ਹੋ। ਠੀਕ ਹੈ। ਉੱਥੇ ਯਾਨੀ ਸ਼ੇਅਰ ਕੀਤੀ ਵੀ ਆ? ਸ਼ੇਅਰ ਕਰੀ ਵੀ ਹੈ।
ਠੀਕ ਹੈ। ਤਾਂ ਦੋਸਤੋ ਮੱਝ ਬਾਰੇ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਕਿਉਂਕਿ ਉੱਚੀ ਰੁੜਕੀ ਵਾਲਿਆਂ ਤੋਂ ਆਈ ਹੈ। ਦਵਿੰਦਰ ਦੀ ਗੱਲ ਕੀਤੀ ਆਦਮਪੁਰੇ ਵਾਲੇ ਬਾਈ ਦੀ, ਤਾਂ ਉਹਦੇ ਕੋਲ ਕ੍ਰਾਂਤੀ ਨਾਂ ਦੀ ਮੱਝ ਹੈ ਜਿਹੜੀ ਉਹਨਾਂ ਕੋਲੋਂ ਹੀ ਆਈ ਸੀ, ਤੇ ਨਾਲ ਇਸੇ ਮੱਝ ਦੀ ਬੀਬੋ ਦੀ ਧੀ ਆਪਣੇ ਚੈਨਲ ਤੇ ਉਹਦੀ ਵੀਡੀਓ ਪਈ ਹੈ ਜਦੋਂ ਇੱਕ ਕੱਟਾ ਜਿਹੜਾ ਵੇਖ ਕੇ ਪੰਜਾਬੇ ਗਿਆ ਸੀਗਾ, ਸ਼ਾਇਦ ਧਿਆਨ ਚ ਆ ਜਾਏ, ਤਾਂ ਉਦੋਂ ਉਹ ਮੱਝ ਵੀ ਦਿਖਾਈ ਸੀ ਜਿਹੜੀ ਇਹਦੀ ਧੀ ਹੈ। ਤਿੰਨ ਥਣਾਂ ਦੇ ਵਿੱਚੋਂ 20 ਕਿਲੋ 250 ਗ੍ਰਾਮ ਦੁੱਧ ਉਸ ਝੋਟੀ ਨੇ ਦਿੱਤਾ, ਤਿੰਨ ਥਣਾਂ ਦੇ ਵਿੱਚੋਂ ਇਹਦੀ ਧੀ ਹੈ। ਬਈ ਨੂੰ ਮਾੜਾ ਤੋਰ ਦਈਏ ਆਪਾਂ, ਹਾਂ। ਸੋ ਤੁਹਾਨੂੰ ਮੱਝ ਦੇ ਦੋਸਤੋ ਦਰਸ਼ਨ ਪਵਾਉਣਾ, ਇਹ ਉਹਨਾਂ ਚੈਂਪੀਅਨ ਮੱਝਾਂ ਚੋਂ ਹੈ। ਮੈਂ ਜਿਵੇਂ ਪਹਿਲਾਂ ਕਿਹਾ ਸੀ ਵੀ ਜੇ ਮੇਲਿਆਂ ਤੇ ਜਾਂਦੀ ਹੈ ਤਾਂ ਵੀ ਲੋਕ ਦੇਖਦੇ ਸੀ ਵੀ ਬੀਬੋ ਮੱਝ ਆਊਗੀ, ਕਿਉਂਕਿ ਮੁਕਤਸਰ ਮੇਲਾ ਇਹਨੇ 2013 ਦੇ ਵਿੱਚ ਜਿੱਤ ਲਿਆ ਸੀਗਾ 24 ਕਿਲੋ 66 ਗ੍ਰਾਮ ਮੇਲੇ ਦੇ ਵਿੱਚ ਦੁੱਧ ਦੇ ਕੇ। PDF ਮੇਲਾ ਇਹਨੇ 2014 ਵਾਲਾ ਜੇਤੂ ਰਹੀ ਹੈ, 2014 ਦੇ ਵਿੱਚ ਇਹਨੇ ਦੁੱਧ ਦਿੱਤਾ ਸੀਗਾ 22 ਕਿਲੋ 266 ਗ੍ਰਾਮ, ਤੇ ਉਦੋਂ ਬਾਅਦ ਚ 2019 ਦੇ ਵਿੱਚ ਆ ਕੇ 28 ਕਿਲੋ 640 ਗ੍ਰਾਮ ਇਸ ਮੱਝ ਨੇ ਲਾਈਵ ਦੁੱਧ ਵੀ ਦਿਖਾਤਾ। ਮਤਲਬ ਜਿਹੜੀਆਂ 25 ਤੋਂ ਬਾਹਰ ਵਾਲੀਆਂ 5-7 ਮੱਝਾਂ ਹੋਣਗੀਆਂ ਉਹਨਾਂ ਦੇ ਵਿੱਚ ਬੀਬੋ ਮੱਝ ਜਿਹੜੀ ਇਸ ਟਾਈਮ ਦਰਾਜ ਪਿੰਡ ਦੇ ਵਿੱਚ ਹੈ, ਤੇ ਬੀਬੋ ਦਰਾਜ ਦੇ ਨਾਂ ਤੇ ਇਸ ਟਾਈਮ ਇਹ ਜਾਣੀ ਜਾਂਦੀ ਹੈ। ਇੱਥੇ ਇਹਨੇ ਇੰਨਾ ਲਾਈਵ ਦੁੱਧ ਦਿਖਾਤਾ। ਤੁਸੀਂ ਮੱਝ ਦੀ ਬਾਡੀ ਬਣਤਰ ਨੂੰ ਦੇਖੋ, ਬੇਸ਼ੱਕ 9ਵਾਂ ਸੂਆ ਹੈ ਪਰ ਅੱਜ ਵੀ ਬਹੁਤ ਸੋਹਣਾ ਇਹਦਾ ਥਣ ਹਵਾਨਾ ਪਿਆ। ਹਜੇ 1 ਮਹੀਨਾ ਬਾਕੀ ਹੈ ਸੂਣ 'ਚ ਦੋਸਤੋ, ਪਰ ਅੱਜ ਵੀ ਥਣਾਂ ਦੀ ਸ਼ੇਪ ਦੇਖ ਲਓ, ਉਮਰ 'ਤੇ ਆ ਵੀ ਕੋਈ ਬਹੁਤਾ ਇਫੈਕਟ ਨਹੀਂ ਦਿਸਦਾ, ਇਹ ਖਾਸ ਗੱਲ ਹੈ। ਬਾਡੀ ਬਣਤਰ ਵੀ ਦੇਖੋਗੇ ਤਾਂ ਬਹੁਤ ਚੰਗੀ ਹੈ ਇਸ ਮੱਝ ਦੀ, ਚੰਗਾ ਨਾਂ ਇਸ ਮੱਝ ਦਾ ਦੋਸਤੋ ਬਣਿਆ, ਅਤੇ ਇਹਦੇ ਕਰਕੇ ਬਾਈ ਇਸ ਟਾਈਮ ਆਪਾਂ ਬਾਈ ਬਲਜਿੰਦਰ ਕੋਲ ਖੜ੍ਹੇ ਹਾਂ ਦਰਾਜ ਪਿੰਡ ਦੇ ਵਿੱਚ, ਅਤੇ ਇਹਦਾ ਨਾਮ ਇਹ ਕਰਮ ਵਾਲੀ ਬਣਾ ਰਹੀ ਹੈ। ਅੱਗੇ ਇਹਦੇ ਤੋਂ ਆਮ ਫਾਰਮਰ ਜਿਹੜਾ ਲਾਹਾ ਲੈ ਸਕਦਾ, ਉਹ ਇੱਕ ਹੀ ਤਰੀਕਾ ਹੁੰਦਾ ਵੀ ਕੋਈ ਚੰਗੀ ਮੱਝ ਦਾ ਬੱਚਾ ਜਿਹਦੇ ਸਟਰਾ ਤਿਆਰ ਹੋ ਜਾਣ ਸੀਮਨ ਦੇ, ਉਹਨਾਂ ਨੂੰ ਕੋਈ ਫਾਰਮਰ ਵਰਤ ਸਕੇ। ਸੋ ਉਸ ਪੱਖ ਤੋਂ ਤੁਹਾਡਾ ਫਾਇਦਾ ਬੀਬੋ ਮੱਝ ਵਾਲੇ ਪੱਖ ਤੋਂ ਇਹ ਹੋਣਾ ਵੀ ਇਹਦੇ ਇੱਕ ਝੋਟੇ ਦੇ ਸੀਮਨ ਦੇ ਸਟਰਾ ਜਿਹੜੇ ਉਹ ਰੈਡੀ ਹੈ, ਜਿਹਦੇ ਸੰਬੰਧੀ ਆਪਾਂ ਗੱਲਬਾਤ ਬਾਈ ਨੇ ਕਰਨੀ ਹੈ। ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਇੱਕ ਝੋਟਾ ਹੋਰ ਬਾਈ ਕੋਲ ਇਸੇ ਮੱਝ ਦਾ, ਮੇਰੇ ਖਿਆਲ 'ਚ ਬਲਜਿੰਦਰ ਬਾਈ ਇਹ ਪਿਛਲੇ ਸੂਏ ਦਾ ਹੈਗਾ। ਹਾਂਜੀ ਹਾਂਜੀ, ਇਹ 1 ਸਾਲ ਦਾ ਹੋ ਗਿਆ ਜੀ, ਇਹ 20 ਤਰੀਕ ਨੂੰ 20 ਤਰੀਕ ਨੂੰ 1 ਸਾਲ ਦਾ, ਠੀਕ ਹੈ। ਅੱਛਾ, ਇਹ ਕਿਹੜੇ ਬੁੱਲ ਦਾ ਬੱਚਾ? ਇਹ ਸਮਰਾਟ ਦਾ ਜੀ, ਥੇਮਕੇਰੀਆਂ ਵਾਲਾ। ਸਮਰਾਟ ਥੇਮਕੇਰੀਆਂ ਵਾਲੇ ਦਾ 1 ਸਾਲ ਇਹਦੀ ਉਮਰ ਦੋਸਤੋ ਹੋ ਗਈ ਹੈ। ਇਸੇ ਮੱਝ ਦਾ ਬੱਚਾ, ਤੁਸੀਂ ਦੇਖੋ ਇਹ ਕੰਪੀਟੀਸ਼ਨ ਵਾਲਾ ਝੋਟਾ ਤਿਆਰ ਹੋ ਰਿਹਾ, ਇਹਦਾ ਫਾਦਰ ਸਮਰਾਟ ਥੇਮਕੇਰੀਆਂ ਵਾਲਾ। ਇਸ ਵਾਰ ਫਿਰ ਮੱਝ ਕਿਹੜੇ ਬੁੱਲ ਤੋਂ ਕੱਪਣ? ਸਮਰਾਟ ਤੋਂ ਫੇਰ ਕੱਪਣ, ਠੀਕ ਹੈ। ਸੋ ਦੋਸਤੋ ਦੇਖੋ ਤੁਸੀਂ, ਕੱਟਾ 1 ਸਾਲ ਉਮਰ ਹੈ। ਕੱਦ ਲੋ ਜੇ ਗੱਲ ਕਰੀਏ ਤਾਂ ਲਗਭਗ ਆਪਦੀ ਮਾਂ ਦੇ ਬਰਾਬਰ ਦਾ ਕੱਦ ਕਾਠ ਇਹਦਾ ਹੋ ਗਿਆ। ਇੱਕ ਕੱਟਾ ਬਾਈ ਨੇ ਅੱਗੇ ਇਹਦਾ ਬੱਚਾ ਜਿਹੜਾ ਉਹ ਸੇਲ ਕਰਤਾ, ਬਠਿੰਡੇ 'ਚ ਚਲਾ ਗਿਆ ਚੰਗੀ ਕੀਮਤ ਦਾ। ਬਲਜਿੰਦਰ ਬਾਈ ਇਹ ਵੀ ਸੇਲ ਕਰਾਂਗੇ ਜਾਂ ਰੱਖਣ ਦਾ? ਬਰੀਡਿੰਗ ਵਾਸਤੇ ਰੱਖਣਾ, ਬਰੀਡਿੰਗ ਵਾਸਤੇ ਰੱਖਣਾ, ਠੀਕ ਹੈ। ਸੋ ਦੋਸਤੋ ਮੇਨ ਵੀਡੀਓ ਜਿਹੜੀ ਉਹ ਇਸ ਝੋਟੇ ਦੀ ਹੈ, ਕਿਉਂਕਿ ਇਹਦੇ ਸਟਰਾ ਤਿਆਰ ਹੈ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਬਲਜਿੰਦਰ ਬਾਈ ਇਹਦਾ ਨਾਮ? ਇਹਦਾ ਨਾਮ ਬਾਹੂਬਲੀ ਹੈ ਵੀਰੇ। ਬਾਹੂਬਲੀ, ਹਾਂਜੀ। ਇਹਦਾ ਜਿਹੜਾ ਬਾਪ ਹੈ ਉਹ 1470 ਹੈ ਜੀ, ਠੀਕ ਹੈ। ਤੇ ਅੱਛਾ, ਇਹ ਬੱਚੇ ਆ ਬਹੁਤ ਹੀ ਸੋਹਣੇ ਆ ਰਹੇ ਆ ਜੀ। ਸੀਮਨ ਕਦੋਂ ਦਾ ਤਿਆਰ ਹੈ? ਸੀਮਨ ਇਹਦਾ 1 ਸਾਲ ਪਹਿਲਾਂ ਤਿਆਰ ਕਰਵਾਇਆ ਸੀ ਜੀ, 1 ਸਾਲ ਪਹਿਲਾਂ ਵੀ ਤਿਆਰ ਕਰਾਇਆ ਸੀ। ਅੱਛਾ, ਇਹਦੀ ਏਜ ਕਿੰਨੀ ਹੋਗੀ ਬਾਈ? ਇਹਦੀ ਏਜ 3 ਸਾਲ ਦੀ ਹੋਗੀ। 3 ਸਾਲ ਦੀ ਏਜ ਹੈ, ਇਸ ਟਾਈਮ ਵੀ ਫਿਰ ਸਟਰਾ ਇਹਦੇ ਰੈਡੀ ਹੈ? ਹਾਂਜੀ ਰੈਡੀ ਹੈ, ਠੀਕ ਹੈ। ਅੱਛਾ, ਬਾਹੂਬਲੀ ਦੇ ਨਾਮ ਤੇ ਆਉਂਦਾ ਸਰ? ਬਾਹੂਬਲੀ ਨਾਮ ਤੇ ਆ ਰਿਹਾ, ਠੀਕ ਹੈ। ਅੱਛਾ, ਇਹ ਕਿੱਥੋਂ, ਜੇ ਕੋਈ ਫਾਰਮਰ ਲੈਣਾ ਚਾਹੇ ਜਾਂ ਕੋਈ ਡਾਕਟਰ ਵੀਰ ਨੇ ਲੈਣਾ ਹੁੰਦਾ? ਫਾਰਮਰ ਆਪਣਾ ਮੰਨ ਲਓ ਆਪਾਂ ਤੋਂ ਲੈ ਸਕਦੇ ਜੀ, ਸਿੱਧਾ ਡਾਇਰੈਕਟ ਆਪਣੇ ਤੋਂ ਲੈ ਸਕਦੇ? ਡਾਕਟਰ ਵੀਰ ਵੀ ਆਪਣੇ ਨਾਲ ਸਿੱਧਾ ਸੰਪਰਕ ਕਰ ਸਕਦੇ? ਆਪਾਂ ਤੋਂ ਲੈ ਸਕਦੇ ਜੀ, ਜਿਵੇਂ ਡਾਕਟਰ ਭਰਾ ਨੇ ਆਪਣੇ, ਉਹਨਾਂ ਨੂੰ ਅਸੀਂ ਪਹੁੰਚ ਵੀ ਕਰਦੇ ਹਾਂ ਜੀ, ਠੀਕ ਹੈ, ਪਹੁੰਚ ਵੀ ਕਰਦੇ ਹਾਂ। ਅੱਛਾ, ਇਹ ਰੂਟ ਬਣਾ ਲੈਂਦੇ ਹੋ ਫਿਰ ਜਿਹੜੇ ਏਰੀਆ 'ਚ? ਹਾਂਜੀ ਹਾਂਜੀ, 15 ਦਿਨਾਂ ਬਾਅਦ ਸਾਡਾ ਰੂਟ ਹੈ ਜੀ ਇੱਧਰ ਆਪਣੇ ਧੂਰੀ ਸਾਈਡ ਤੇ ਜੀ, ਠੀਕ ਹੈ, ਧੂਰੀ ਸੰਗਰੂਰ, ਠੀਕ ਹੈ। ਇਸ ਸਾਈਡ ਤੇ 15 ਦਿਨਾਂ ਬਾਅਦ ਜਾਣੀ ਵੱਖਰੇ ਵੱਖਰੇ ਏਰੀਆ 'ਚ ਜਾਂਦੇ ਹੋ? ਜਾਂਦੇ ਰਹੇ। ਅੱਛਾ, ਕਈ ਵਾਰ ਕੀ ਹੁੰਦਾ ਵੀ ਜਿਹੜੇ ਫਾਰਮਰ ਕੰਟੇਨਰ ਲੈ ਲੈਂਦੇ ਆਪਦੇ ਵੈਟਨਰੀ ਡਾਕਟਰ ਵੀਰ ਤੋਂ, ਸਟਰਾ ਉਹਨਾਂ ਨੂੰ ਥੋੜੇ ਹੀ ਚਾਹੀਦੇ ਹੁੰਦੇ, ਉਹ ਵੀ ਸੰਪਰਕ ਕਰ ਸਕਦੇ? ਹਾਂਜੀ ਹਾਂਜੀ, ਉਹ ਵੀ ਜਾ ਸਕਦੇ ਜੀ, ਠੀਕ ਹੈ। ਰੇਟ ਫਿਰ ਕੀ ਰੱਖਿਆ ਜਾਂ ਮੌਕੇ ਤੇ ਦੱਸਦੇ? ਉਹ ਤਾਂ ਜਿਵੇਂ ਕੋਈ ਮੰਨ ਲਓ ਵੱਧ ਲੈ ਕੇ ਜਾਂਦਾ ਫਿਰ ਥੋੜਾ ਮੋਟਾ ਉਸ ਹਿਸਾਬ ਨਾਲ ਕਰਦੇ, ਉਹ ਘਾਟ ਵੱਧ ਜਿਹੜੀ ਉਹ ਹੁੰਦੀ ਰਹਿੰਦੀ ਹੈ। ਅੱਛਾ, ਇੱਕ ਜਿਵੇਂ ਤੁਹਾਡੇ ਏਰੀਏ ਦੇ ਵਿੱਚ ਕਿਸੇ ਵੀਰ ਨੇ AI ਕਰਾਉਣੀ ਹੋਵੇ, ਹੋਰ ਡਾਕਟਰ ਦਾ ਸਿਲੰਡਰ ਲੈ ਕੇ ਆਊਗਾ ਜੇ ਤੁਸੀਂ ਵੀ ਪ੍ਰੈਕਟਿਸ ਇੱਧਰ ਦੀ ਕਰਦੇ ਹੋ? ਵੀਰੇ ਅਸੀਂ ਮੰਨ ਲਓ 50-50 ਕਿਲੋਮੀਟਰ ਤੇ 100-100 ਕਿਲੋਮੀਟਰ ਤੱਕ ਆਪਾਂ ਖੁਦ AI ਕਰਕੇ ਆਉਣੇ ਆ ਜੀ। AI ਕਰੇ ਆਉਣੇ ਆ? ਹਾਂਜੀ ਹਾਂਜੀ। ਇਸ ਬੁੱਲ ਦੀ ਕਰਾਉਣੀ ਚਾਹੇ? ਇਸ ਦੀ ਜ਼ਿਆਦਾ ਕਰਦੇ ਆ ਜੀ, ਜ਼ਿਆਦਾ ਹੁਣ ਇਸ ਦੀ ਕਰਦੇ ਆ, ਇਸ ਦੀ ਕਰਦੇ ਆ, ਕਿਉਂਕਿ ਜਦੋਂ ਟੌਪ ਰਿਕਾਰਡ ਹੈ ਰੀਜਨਲ ਸੀਮਨ ਮਿਲੂਗਾ, ਫਿਰ ਆਪਾਂ ਹੋਰ ਦਾ ਕਿਉਂ ਭਰਾਂਗੇ? ਹੋਰ ਕਿਉਂ ਭਰਾਂਗੇ, ਸਹੀ ਜਿਹਾ ਬੱਚਾ ਆਊਗਾ। ਅੱਛਾ, ਇੱਕ ਬਲਜਿੰਦਰ ਬਾਈ, ਤੁਸੀਂ ਫੀਲਡ ਇਸੇ ਤਰ੍ਹਾਂ ਦੀ ਤੁਹਾਡੀ ਫੀਲਡ ਹੈ, ਵੈਟਨਰੀ ਪ੍ਰੈਕਟਿਸ ਕਰਦੇ ਹੋ, ਕੁਛ ਕੁ ਮੱਝਾਂ ਜਿਵੇਂ
ਗੱਭਣ ਨਹੀਂ ਰਹਿੰਦੀਆਂ ਸਟਰਾ ਤੇ ਕਹਿੰਦੇ ਆ ਉਹ ਤੁਹਾਨੂੰ ਕੀ ਲੱਗਦਾ ਹੀਟ ਦੀ ਵੀ ਸਮੱਸਿਆ ਹੋ ਸਕਦੀ ਹੁੰਦੀ ਹੈ ਜਾਂ ਸੀਮਨ ਦੀ ਦਿੱਕਤ ਹੁੰਦੀ ਹੈ? ਕਈ ਵਾਰੀ ਕੀ ਹੈ ਵੀਰੇ ਜਿਵੇਂ ਹੁਣ ਲੋਕਡਾਊਨ ਸੀਗਾ ਪਿਛਲੀ ਵਾਰ ਉਹਦੇ ਵਿੱਚ ਕੀ ਆ ਸੀਮਨ ਕੁੱਲ ਮਿਲਾ ਕੇ ਡੈਡ ਹੀ ਹੋਇਆ। ਠੀਕ ਹੈ, ਕੀ ਆ ਉਹ ਡਾਕਟਰ ਭਰਾਵਾਂ ਨੇ ਸਿੱਟਿਆ ਹੈ ਨੀ ਉਹ ਲੋਕਾਂ ਦੇ ਭਰਿਆ ਗੈਸ ਜਿਹੜੀ ਫਿਰ ਮਿਲੀ ਆਈ ਗਈ ਆ ਤੇ ਉਹ ਭਰਿਆ ਗਿਆ ਤੇ ਹੁਣ ਫਾਰਮਰ ਦਾ ਤਾਂ ਕੋਈ ਕਸੂਰ ਨੀ। ਸਹੀ ਹੈ ਬਾਈ, ਠੀਕ ਹੈ ਨਾ, ਡਾਕਟਰਾਂ ਨੇ ਦੇਖਣਾ ਸੀਗਾ। ਠੀਕ ਹੈ, ਦੇਖੋ ਇਹ ਵੀ ਲੱਗਦਾ ਮੈਨੂੰ ਵੀ ਹੀਟ ਵੀ, ਕਿਉਂਕਿ ਮੱਝ ਬਹੁਤੇ ਵੀਰਾਂ ਨੂੰ ਇਹ ਵੀ ਨੀ ਪਤਾ ਹੁੰਦਾ ਵੀ ਕਦੋਂ ਪ੍ਰੋਪਰ ਹੀਟ ਚ ਕਦੋਂ ਡਾਕਟਰ ਨੂੰ ਬੁਲਾਈਏ। ਫਾਰਮਰ ਤੇਜ਼ੀ ਕਰਦਾ ਜੀ, ਫਾਰਮਰ ਕਹਿੰਦਾ ਵੀ ਮੈਂ ਜਾਣਾਗਾ, ਠੀਕ ਆ ਵੀ ਸੀਸੀ ਸੀਮਨ ਭਰੋ। ਸਹੀ ਹੈ, ਪਰ ਕੀ ਆ ਡਾਕਟਰ ਭਰਾ ਫੇਰ ਵੀ ਕਹਿੰਦਾ ਵੀ ਤੂੰ ਥੋੜਾ ਰੁਕ, ਪਰ ਕੀ ਆ ਫਾਰਮਰ ਰੁਕ ਨਹੀਂ ਰਿਹਾ ਫਿਰ ਡਾਕਟਰ ਤੋਂ ਫੇਰ ਵੀ ਦਿੱਕਤ ਆਉਂਦੀ। ਕਨਸੀਵ ਰੇਟ ਮਤਲਬ ਪ੍ਰੋਪਰ ਵਧੀਆ ਆ ਰਿਹਾ ਤੁਸੀਂ ਫੀਲ ਕਰ ਰਹੇ ਹੋ ਵੀਰੇ? ਕੀ ਆ ਆਪਾਂ ਖੁਦ ਨੇ ਮਤਲਬ 3000 ਸੀਮਨ ਭਰ ਚੁੱਕੇ ਆ ਇਹਦਾ। ਠੀਕ ਹੈ, ਤੇ 1000 ਕ ਸੀਮਨ ਸੀ ਜਿਹੜਾ ਉਹ ਮੇਰੇ ਮਿੱਤਰ ਪਿਆਰੇ ਜੋ ਲੈ ਕੇ ਗਏ ਆ। ਠੀਕ ਹੈ, ਤੇ ਉਹ ਵੀ ਮਤਲਬ ਆਪਦੇ ਬੱਚੇ ਦਿਖਾ ਰਹੇ ਆਪਾਂ ਨੂੰ। ਸਹੀ ਹੈ। ਅੱਛਾ ਬਲਜਿੰਦਰ ਭਾਈ, ਇਹਦਾ ਕੋਈ ਰਿਕਾਰਡ ਸੰਭਾਲ ਰਹੇ ਹੋ ਜਿੱਥੇ ਸੀਮਨ ਲੱਗਦਾ ਵੀ ਆਪਾਂ ਗਾਹ ਨੂੰ ਇਹਦੀਆਂ ਝੋਟੀਆਂ ਵੀ ਦੇਖ ਸਕੀਏ? ਹਾਂਜੀ ਹਾਂਜੀ, ਸਾਰਾ ਰਿਕਾਰਡ ਆਪਣੇ ਕੋਲ ਪਿਆ ਵੀਰੇ। ਠੀਕ ਹੈ, ਇੱਕ ਸੀਮਨ ਦਾ ਆਪਣੇ ਕੋਲ ਰਿਕਾਰਡ ਹੈ। ਇਹਨੂੰ ਵੀ ਕਿਸੇ ਮੇਲੇ ਚ ਪਾਇਆ ਜਾਂ ਨਹੀਂ? ਨਹੀਂ ਵੀਰੇ, ਉਸ ਤੋਂ ਬਾਅਦ ਤਾਂ ਮੇਲੇ ਲੱਗੇ ਨਹੀਂ। ਠੀਕ ਹੈ, ਖੋਲੀ ਭਾਈ ਨੂੰ ਦੋਸਤੋ, ਬਹੁਤ ਸੋਹਣਾ ਝੋਟਾ ਤੁਸੀਂ ਇਸ ਪੱਖ ਤੋਂ ਦੇਖੋਗੇ ਵੀ ਇਹਦੀ ਮਾਂ ਨਾਲ ਖੜੀ ਹੈ। ਜਦੋਂ ਕਿਸੇ ਵੀ ਬੱਚੇ ਦੇ ਦੋਸਤੋ, ਭਾਵੇਂ ਉਹ ਹਿਊਮਨ ਬੀਂਗਸ ਚ ਹੈ ਚਾਹੇ ਉਹ ਐਨੀਮਲਸ ਚ ਹੈ, ਜਦੋਂ ਮਾਂ ਪਿਓ ਦਾ ਚੰਗਾ ਨਾਂ ਬਣਿਆ ਹੋਵੇ ਨਾ, ਤੇ ਬੱਚੇ ਬਾਰੇ ਬਹੁਤਾ ਪੁੱਛਣ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ। ਇਹਦੀ ਮਾਂ ਇਸ ਪੱਖ ਤੋਂ ਬੜੀ ਕਰਮ ਵਾਲੀ ਹੈ ਵੀ ਜਿਹੜੇ ਘਰੇ ਗਈ ਹੈ, ਬੇਸ਼ੱਕ ਉਹ ਬਾਈ ਜੀ ਹੋਰੀ ਉੱਚੀ ਰੁੜਕੀ ਵਾਲੇ ਉਹਨਾਂ ਦੇ ਕੋਲ ਸੀ, ਤਾਂ ਉਹਨਾਂ ਦਾ ਨਾਮ ਬਣਾਇਆ, ਤੇ ਜਾਂ ਅੱਜ ਬਾਈ ਬਲਜਿੰਦਰ ਕੋਲ ਹੈ ਤੇ ਇਹਦਾ ਨਾਮ ਇਹ ਬਣਾ ਰਹੀ ਹੈ। ਤੇ ਮੈਂ ਜਦੋਂ ਵੀਡੀਓ ਕਿਸੇ ਬੁੱਲ ਦੀ ਬਣਾਉਣਾ ਨਾ, ਮੈਂ ਇਹ ਗੱਲ ਕਰਦਾ ਹੁੰਦਾ ਵੀ ਜੇ ਇੱਕ ਚੰਗੀ ਮੱਝ ਹੈ ਤੇ ਉਹਦੇ ਉਸ ਚੰਗੀ ਮੱਝ ਦਾ ਫਾਇਦਾ ਤੁਹਾਨੂੰ ਤਾਂ ਹੀ ਹੋਣਾ ਵੀ ਜੋ ਇੱਕ ਅੱਧਾ ਕੱਟਾ ਦੇਵੇ ਤੇ ਉਸ ਕੱਟੇ ਦੇ ਸੀਮਨ ਸਟਰਾ ਤਿਆਰ ਹੋਣ, ਕਿਉਂਕਿ ਮੱਝ ਦਾ ਤੁਹਾਨੂੰ ਕੋਈ ਲਾਹਾ ਨਹੀਂ ਹੋਣਾ। ਮੱਝ ਤੁਸੀਂ ਦੇਖ ਸਕਦੇ ਹੋ, ਉਹਦੇ ਨਾਲ ਤੁਹਾਡੇ 'ਚ ਇੱਕ ਪਸ਼ੂ ਪਾਲਣ ਪ੍ਰਤੀ ਉਤਸ਼ਾਹ ਤਾਂ ਬਣ ਸਕਦਾ, ਪਰ ਤੁਹਾਡੇ ਘਰੇ ਨਸਲ ਸੁਧਰੂਗੀ, ਉਹਦੇ ਜਿਹੜਾ ਉਹਦਾ ਬੱਚਾ ਆਊਗਾ ਕੱਟਾ ਆਊਗਾ ਤੇ ਉਹਦੇ ਸੀਮਨ ਦੇ ਜ਼ਰੀਏ। ਸੋ ਇਸ ਪੱਖ ਤੋਂ ਬੀਬੋ ਮੱਝ ਜਿਹੜੀ ਉਹ ਕਰਮ ਵਾਲੀ ਹੈ, ਜਿਹਦੇ ਨਾਲ ਉਮੀਦ ਇਹ ਕਰ ਸਕਦੇ ਹਾਂ ਦੋਸਤੋ ਵੀ ਪੰਜਾਬ ਦੇ ਵਿੱਚ ਮੁਰਾ ਨਸਲ ਜਿਹੜੀ ਉਹ ਦੁੱਧ ਵਾਲੀ ਮੁਰਾ ਜਿਹੜੀ ਉਹ ਤਿਆਰ ਹੋਊਗੀ, ਕਿਉਂਕਿ ਉਹ ਮੱਝ ਨੇ ਘਰਾਂ 'ਚ ਰਹਿ ਕੇ ਘਰੇ ਰਹਿ ਕੇ ਨਹੀਂ, ਸਗੋਂ ਮੇਲਿਆਂ ਦੇ ਵਿੱਚ ਵੀ, ਮੈਂ ਜਿਵੇਂ ਪਹਿਲਾਂ ਕਿਹਾ ਵੀ ਹਰਿਆਣਾ ਪੰਜਾਬ ਜਾਂ ਪੂਰਾ ਭਾਰਤ ਜਿਹੜਾ ਉਹ ਮੱਝਾਂ ਲੈ ਕੇ ਆਉਂਦਾ ਸੀ ਤੇ ਉਹਨਾਂ ਨੂੰ ਉਹਨੇ ਹਰਾਇਆ 2013-2014 ਦੇ ਵਿੱਚ। ਅੱਛਾ, ਬੀਬੋ ਦੀ ਤੇ ਕ੍ਰਾਂਤੀ ਦੀ ਦੋਨੇ ਮੇਲੇ 'ਚ ਆਉਂਦੀਆਂ ਸੀ? ਦੋਨੇ ਮੇਲੇ 'ਚ ਆਉਂਦੀਆਂ ਸੀ। ਠੀਕ ਹੈ, ਕ੍ਰਾਂਤੀ ਵੀ ਚੰਗਾ ਨਾਮ ਉਹਦਾ ਰਿਹਾ ਤੇ ਬੀਬੋ ਵੀ ਮੇਰੇ ਖਿਆਲ 'ਚ ਇਹਨਾਂ ਨੂੰ ਤਾਂ ਚੈਂਪੀਅਨ ਮੱਝਾਂ ਹੀ ਕਹਿਣ ਲੱਗ ਗਏ ਸੀ ਨਾ। ਠੀਕ ਹੈ ਦੋਸਤੋ, ਇਹ ਉੱਦਾਂ ਦੀਆਂ ਮੱਝਾਂ ਸੀ ਵੀ ਜਦੋਂ ਮੇਲਿਆਂ 'ਚ ਜਾਂਦੀਆਂ ਸੀ ਤਾਂ ਲੋਕ ਇਸ ਜੋੜੀ ਨੂੰ ਦੇਖਦੇ ਸੀ। ਕ੍ਰਾਂਤੀ ਤੇ ਬੀਬੋ ਦੋਨੇ ਮੱਝਾਂ ਦਾ ਚੰਗਾ ਨਾਮ ਬਣਿਆ, ਘੁਮਾ ਕੇ ਤੋਰਦੇ ਬਾਈ। ਸਟਰਕਚਰ ਦੋਸਤੋ ਝੋਟੇ ਦਾ ਦੇਖਣ ਵਾਲਾ, ਪਿੱਠ ਪੂੜਾ ਬਿਲਕੁਲ ਆਪਦੀ ਮਾਂ ਵਾਂਗੂ, ਬੀਬੋ ਮੱਝ ਵਾਂਗੂ ਹੈ, ਕੁੰਡੇ ਸਿੰਘ ਹੈ, ਸਾਫ਼ ਸੁਥਰੇ ਅੰਗਾਂ ਪੈਰਾਂ ਦਾ। ਖਾਸ ਗੱਲ ਜਿਹੜੀ ਨਾਲ ਐਡ ਕਰਤੀ ਵੀ ਬਾਈ ਖੁਦ ਵੀ ਪ੍ਰੈਕਟਿਸ ਕਰਦਾ AI ਦੀ। ਸੋ ਜੇ ਕੋਈ ਵੀਰ ਸੀਮਨ ਖਰੀਦਣਾ ਚਾਹੁੰਦਾ ਤਾਂ ਮੋਸਟ ਵੈਲਕਮ, ਤੇ ਜੇ ਭਰਾਉਣਾ ਹੀ ਚਾਹੁੰਦੇ ਆ ਤਾਂ ਬੇਸ਼ੱਕ ਬਾਈ ਨਾਲ ਹੀ ਸੰਪਰਕ ਕਰ ਲਓ, ਇਹ ਆ ਕੇ ਤੁਹਾਡੇ ਕੋਲ AI ਵੀ ਬਾਈ ਕਰ ਜੂਗਾ। ਸੋ ਜ਼ਰੂਰ ਚੰਗਾ ਸੀਮਨ ਵਰਤੋ, ਜਿਵੇਂ ਵਿੱਚ ਇੱਕ ਗੱਲ ਬਾਈ ਨੇ ਐਡ ਕੀਤੀ ਸੀ ਵੀ ਖਾਸ ਇਹ ਵੀ ਰਹੂਗਾ ਸੀਮਨ ਓਰੀਜਨਲ ਮਿਲ ਜੂ, ਕਿਉਂਕਿ ਮਾਲਕ ਤੋਂ ਖਰੀਦੋਗੇ ਤਾਂ ਉਹਨੂੰ ਕੋਈ ਲੋੜ ਨਹੀਂ ਵੀ ਉਹ ਸੀਮਨ ਦੇ ਵਿੱਚ ਡੁਪਲੀਕੇਸੀ ਕਰੇ। ਜੇ ਤੁਸੀਂ ਗਾਹੋਂ ਅੱਗੋਂ ਸੀਮਨ ਜਿਹੜਾ ਆਉਂਦਾ ਜਾਂਦਾ ਲੈਂਦੇ ਹਾਂ ਤਾਂ ਉਹਦੇ 'ਚ ਦਿੱਕਤ ਕਈ ਵਾਰ ਆ ਜਾਂਦੀ ਹੈ ਵੀ ਸੀਮਨ ਡੁਪਲੀਕੇਟ ਅੱਜ ਦੇ ਟਾਈਮ 'ਚ ਬਹੁਤ ਵਿਕ ਰਿਹਾ। ਸੋ ਦੋਸਤੋ, ਇਹ ਤੁਸੀਂ ਬਾਹੂਬਲੀ ਝੋਟਾ ਦੇਖ ਰਹੇ ਹੋ ਸਕਰੀਨ ਦੇ ਉੱਤੇ, ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ। ਮੱਝ ਬੀਬੋ ਬਾਰੇ ਵੀ ਤੁਹਾਡੇ ਵਿਚਾਰ ਜ਼ਰੂਰ ਜਾਣਾਂਗੇ, ਤੁਹਾਨੂੰ ਕਿਵੇਂ ਦੀ ਲੱਗੀ ਉਹ ਵੀ ਦੱਸਿਓ। ਰਿਕਾਰਡ ਸਾਹਮਣੇ ਬਾਈ ਨੇ ਲਿਖ ਕੇ ਲਾਇਆ, ਦੇਖ ਸਕਦੇ ਹਾਂ ਤੁਸੀਂ, ਉੱਤੇ ਬੀਬੋ ਮੱਝ ਦੀ ਫੋਟੋ ਹੈ, ਥੱਲੇ ਜਿਹੜਾ ਉਹ ਬਾਹੂਬਲੀ ਦੀ ਫੋਟੋ ਬਾਈ ਨੇ ਜਿਹੜੀ ਉਹ ਲਾਈ ਵੀ ਹੈ। ਬੀਬੋ ਦੁੱਧ ਦਾ ਰਿਕਾਰਡ 28 ਕਿਲੋ 640 ਗ੍ਰਾਮ, ਅਤੇ ਇੱਧਰਲੇ ਪਾਸੇ ਵੀ ਇੱਕ ਬੈਨਰ ਬਾਈ ਨੇ ਬਣਾਇਆ, ਜਿਹੜੇ ਇਹਦੇ ਗਾਂ ਬੱਚੇ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਝੋਟੀ ਦੀ ਗੱਲ ਕੀਤੀ ਸੀ ਬਾਈ ਦਵਿੰਦਰ ਕੋਲ ਹੈ, ਸਾਹਮਣੇ ਤੁਸੀਂ ਦੇਖ ਸਕਦੇ ਹੋ। ਬੀਬੋ ਦੀ ਧੀ ਦੁੱਧ ਦਾ ਰਿਕਾਰਡ 20 ਕਿਲੋ 250 ਗ੍ਰਾਮ, ਦਵਿੰਦਰ ਸਿੰਘ ਆਦਮਪੁਰਾ ਬਠਿੰਡੇ ਦੇ ਵਿੱਚ ਬਾਈ ਕੋਲ ਮੱਝ ਹੈ, ਆਪਣੇ ਚੈਨਲ 'ਤੇ ਪਈ ਹੈ। ਬੀਬੋ ਬੈਠੀ ਹੈ ਨਾਲ ਬਾਹੂਬਲੀ, ਸੂਰਜ ਜਿਹੜਾ ਬਾਈ ਨੇ ਬਠਿੰਡੇ ਵੇਚਤਾ, ਅਤੇ ਨਾਲ ਤਾਜ ਜਿਹੜਾ ਇਸ ਟਾਈਮ ਤੁਸੀਂ ਝੋਟਾ ਦੇਖਿਆ ਸਕਰੀਨ ਦੇ ਉੱਤੇ। ਸਾਰੇ ਸਰਟੀਫਿਕੇਟ ਦੋਸਤੋ ਕੋਸ਼ਿਸ਼ ਕਰੂੰਗਾ ਵੀਡੀਓ 'ਚ ਵੀ ਲਾ ਦੂੰਗਾ, ਅਤੇ ਇੱਥੇ ਵੀ ਤੁਸੀਂ ਦੇਖ ਲਓ। ਜੇ ਇਹ ਨਹੀਂ ਗੱਲ ਵੀ ਕੋਈ ਦੁੱਧ ਦਾ ਰਿਕਾਰਡ ਵੈਸੇ ਦੱਸਿਆ ਜਾਊ, ਜੋ ਕੁਛ ਹੈ ਉਹ ਤੁਸੀਂ ਇਹਦੀ ਮਾਂ ਦਾ ਮੇਲਿਆਂ ਵਾਲਾ ਜਿਹੜਾ ਉਹ ਸਰਟੀਫਿਕੇਟਾਂ ਦੇ ਰੂਪ 'ਚ ਰਿਕਾਰਡ ਦੇਖੋਗੇ। ਸੋ ਜ਼ਰੂਰ ਕਮੈਂਟ ਕਰਕੇ ਦੱਸੋ, ਹੋਰ ਤੋਰਦੇ ਬਈ ਇੱਕ ਦੋਰ।
झोटा तुसीं देख लो क्योंकि इहदी बाडी बनतर तो तुहानूं अंदाजा होगा किदां दा बोला बहुत सोहणे बच्चे पाऊगा क्योंकि मां ते क्या विआ इस पक्ष तों इह कहांगे हालांकि जे आपां बच्चे इहदे बई दसदा जैड ब्लैक आ रहा ते जे प्यो वाले पक्ष तों गल करिए दोस्तो थोड़े दिन पहलां ही 3.5 महीनों की सूई झोटी 1470 दी तुहानूं लाइव दिखाई सी 17.5 किलो दुध दे रही आ मतलब प्यो वाले पक्ष तों वी गल करिए तां चंगा ते मां तां दोस्तो कहण दी गल नहीं सर्टिफिकेट बोलदे आ सो चैंपियन बीबो दा बच्चा तुसीं सामने देखिआ। धन्नवाद दोस्तो वीडियो देखण वास्ते। नंबर 22 दा स्क्रीन ते लग्गा कॉल इस नंबर ते करनी है। स्ट्रा चाहीदे आ तां बेशक 2-4 चाहीदे ओवें लै जाओ। जे कोई वीर डाक्टरी दा काम करदा प्रैक्टिस करदा तां बाई नाल संपर्क करो। इह सप्लाई खुद दिंदे आ सीमन दी। धन्नवाद।